ਦੁਰਾਹਾ ਦੀ ਪੁਲਿਸ ਪਾਰਟੀ ਨੇ ਨਾਕਾਬੰਦੀ ਕਰਕੇ ਖੰਨਾ ਸਾਈਡ ਤੋਂ ਆ ਰਹੀ ਕਾਰ ਨੂੰ ਰੋਕ ਕੇ ਚੈੱਕ ਕੀਤਾ। ਉਸ ਦੇ ਵਿੱਚੋਂ 99,000 ਨਸ਼ੀਲੀਆਂ ਗੋਲੀਆਂ ਅਤੇ ਹੋਰ ਵੱਖ-ਵੱਖ ਤਰ੍ਹਾਂ ਦਾ ਨਸ਼ਾ ਬਰਾਮਦ ਕੀਤਾ ਹੈ। ਇਸ ਮੌਕੇ ਤੇ ਜੋ ਵੱਖ-ਵੱਖ ਤਸਕਰ ਵੱਖਰੀ ਕਾਰ ਵਿੱਚ ਜਾ ਰਹੇ ਸਨ, ਮੌਕੇ ਤੋਂ ਫਰਾਰ ਹੋਣ ਵਿੱਚ ਸਫਲ ਹੋਏ ਹਨ। ਇਹਨਾਂ ਦੇ ਖਿਲਾਫ NDPS ਐਕਟ ਅਧੀਨ ਦੁਰਾਹਾ ਥਾਣੇ ਵਿੱਚ ਮਾਮਲਾ ਦਰਜ ਕਰਕੇ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਡਰੱਗ ਸਪਲਾਇਰਾਂ ਖਿਲਾਫ਼ ਕਾਰਵਾਈ ਕਰਨ ਨਾਲ ਜਲੰਧਰ, ਲੁਧਿਆਣਾ, ਖੰਨਾ, ਜਗਰਾਓਂ, ਮੋਗਾ, ਗੁਰਦਾਸਪੁਰ, ਕਲਾਨੌਰ, ਡੇਰਾ ਬਾਬਾ ਨਾਨਕ, ਬਲੌਂਗੀ ਅਤੇ ਖਰੜ ਦੀ ਸਪਲਾਈ ਲਾਈਨ ਬੰਦ ਹੋ ਗਈ। ਫੜੇ ਗਏ ਕਥਿਤ ਦੋਸ਼ੀ ਦੇ ਕੋਲੋਂ ਪੁੱਛਗਿੱਛ ਜਾਰੀ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਤੋਂ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। SSP ਗੁਰਸ਼ਰਨਦੀਪ ਸਿੰਘ ਗਰੇਵਾਲ ਨੇ ਇਸ ਮੌਕੇ ਤੇ ਕਿਹਾ, ਸਾਨੂੰ ਦਰਾਹੇ ਦੇ ਵਿੱਚ ਉਹਦੇ ਵਿੱਚ ਇੱਕ ਬੰਦਾ ਪੁਸ਼ਪਿੰਦਰ ਮਹਾਦੇਵ ਜੋ ਅੰਬਾਲੇ ਦਾ ਸੀਗਾ, ਉਹ ਗੱਡੀ 'ਚੋਂ ਉਹਨੂੰ ਰੋਕੀ ਜੋ ਚੈਕਿੰਗ ਕੀਤੀ ਉਹਦੇ ਵਿੱਚ ਤਕਰੀਬਨ 1,11,000 ਨਸ਼ੇ ਦੀਆਂ ਗੋਲੀਆਂ, ਜਿਹੋ 99 ਟਰਾਮਾਡੋਲ ਅਤੇ ਬਾਕੀਆਂ ਹੋਰ ਗੋਲੀਆਂ ਸੀਗੀਆਂ। ਆਹ ਬੰਦਾ, ਦੋ ਬੰਦੇ ਹੈਗੇ ਆ, ਜਤਿਨ ਅਤੇ ਇੱਕ ਸੋਨੂ, ਉਹ ਜਿਹੜੇ ਕਿ ਪੰਜਾਬ ਦੇ ਵਿੱਚ ਸਪਲਾਈ ਕਰਦੇ ਹੈਗੇ ਆ, ਜਲੰਧਰ, ਇੱਧਰ ਰਾਹੋਂ, ਲੁਧਿਆਣਾ, ਮੋਗਾ, ਉਹ ਸਾਰੀ ਜਗ੍ਹਾ ਉਹ ਸਪਲਾਈ ਕਰ ਰਹੇ, ਵੱਡੇ ਸਪਲਾਇਰ ਹੈਗੇ ਆ। ਆਹ ਤੁਹਾਡਾ ਲੈ ਕੇ ਆਇਆ ਆਪਣਾ, ਆਹ ਮੁਜ਼ੱਫਰਨਗਰ ਤੋਂ, ਯੂਪੀ ਤੋਂ, ਮੁਜ਼ੱਫਰਨਗਰ UP 'ਚ ਮੇਨ ਬੰਦਾ ਹੈਗਾ ਪ੍ਰਵੀਨ ਕੁਮਾਰ। ਪ੍ਰਵੀਨ ਕੁਮਾਰ ਦੇ ਜਿਹੜੀ ਸਪਲਾਈ ਸਾਰੀ ਉਹ ਕਰਦਾ ਹੈਗਾ, ਲੈ ਕੇ ਆਹ ਦਾ 14 ਗੇੜੇ ਮਾਰ ਚੁੱਕੇ ਆ ਹੁਣ ਤੱਕ। ਹਾਂਜੀ, ਨਹੀਂ ਅੱਗੇ ਸਪਲਾਈ ਆਹੀ ਅੱਗੇ ਥਾਵਾਂ 'ਤੇ ਦੇ ਰਹੇ ਹੈਗੇ, ਉਹੀ ਅਸੀਂ ਪੁੱਛਗਿੱਛ ਹੈਗੇ ਆ, ਚੱਲ ਰਹੀ ਹੈਗੀ ਆ, ਇਨੀਸ਼ਲ ਸਟੇਜ ਹੈਗੀ ਆ। ਫਿਲਹਾਲ ਤਾਂ ਸਾਨੂੰ ਆਹੀ ਹੈ ਕਿ ਆਹ ਜਿਹੜਾ ਸੋਨੂ ਅਤੇ ਜਤਿਨ ਦੇ ਨਾਲ ਇਨ ਟੱਚ ਸੀ ਆਹ ਬੰਦਾ, ਉਹ ਇਹਨੂੰ ਇੰਟਰੈਕਸ਼ਨਾਂ ਦਿੰਦੇ ਸੀਗੇ ਕਿ ਤੂੰ ਇੱਧਰੋਂ ਆ ਇੱਧਰ ਆ, ਉਹਨਾਂ ਦੇ ਇਸ਼ਾਰੇ 'ਤੇ ਆ ਬੰਦਾ ਕੰਮ ਕਰਦਾ ਹੈਗਾ, ਅਤੇ ਉਹ ਮੇਨ ਸਪਲਾਇਰ ਆ ਜਿਹੜੇ ਪੂਰੇ ਪੰਜਾਬ ਦੇ ਵਿੱਚ, ਮੈਕਸੀਮਮ ਸਪਲਾਈ ਉਹਨਾਂ ਦੀ ਹੈ ਬੰਦਿਆਂ ਦੀ। ਨਹੀਂ ਫਿਲਹਾਲ ਤਾਂ ਕੋਈ ਸਾਨੂੰ ਇਹਦੇ ਕੋਈ ਮੁੰਡੇ ਦਾ ਵੀ ਨਹੀਂ ਆਇਆ, ਬਟ ਉਹਨਾਂ ਦੀ ਜਿਹੜੀ ਪੁੱਛਗਿੱਛ ਹੈਗੀ ਹੈ, ਸੋਨੂੰ ਇਹਦੀ ਜੋ ਆਊਗਾ ਅਸੀਂ ਉਹਨੂੰ ਦੇਖਦੇ, ਜੋ ਸਾਡੇ ਕਾਬੂ ਆਊਗਾ ਫਿਰ ਪਤਾ ਚੱਲੇਗਾ ਉਹਦੇ 'ਤੇ ਕੋਈ ਮੁਕੱਦਮੇ ਹੋਰ ਹੈ ਕਿ ਨਹੀਂ ਹੈਗੇ। ਟੈਕਸੀ ਡਰਾਈਵਰ ਜੋ ਇਹਨੂੰ ਪੇ ਕਰਦੇ ਸੀ ਨਾ, ਇਹਨੂੰ ਪਤਾ, ਇਹਨੂੰ ਹੀ ਨਿਊ ਅਬਾਊਟ ਦਿਸ ਥਿੰਗ ਕਿ ਆ ਇਹਦੇ 'ਚ ਗਲਤ ਹੈਗਾ, ਕਿਉਂਕਿ 2,000 ਦੀ ਜਗ੍ਹਾ ਇਹਨੂੰ 8,000 ਦਿੰਦੇ ਸੀਗੇ, ਇਹਨੂੰ ਪੈਸੇ ਵੱਧ ਦਿੰਦੇ ਸੀਗੇ ਇਹਨੂੰ ਗੇੜੇ ਦੇ। ਸੋ ਆਹ ਟੈਕਸੀ ਡਰਾਈਵਰ ਆ, ਅਤੇ ਐਜ਼ ਏ ਟੈਕਸੀ ਡਰਾਈਵਰ ਇਹਨੂੰ ਯੂਜ਼ ਕਰਦੇ ਸੀਗੇ, ਉਹਨਾਂ ਦਾ ਆਹ ਕੋਰੀਅਰ ਕਹਿ ਲਓ, ਉਹਨਾਂ ਵੱਲੋਂ ਕੋਰੀਅਰ ਸੀ ਉਹਨਾਂ ਦਾ। ਹਾਂਜੀ।